ਜੀ ਦੋਸਤੋ, ਜ਼ੀਸ਼ਾਨ ਅਲੀ ਟੂਰਿਸਟ ਮੈਂਟੋਰ ਚੈਨਲ ਤੋਂ ਉਮੀਦ ਕਰਦਾ ਕਿ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ। ਦੋਸਤੋ, ਇੱਕ ਛੋਟਾ ਜਿਹਾ ਪੈਗਾਮ ਆ, ਉਸ ਤੋਂ ਬਾਅਦ ਅਸੀਂ ਆਪਣੇ ਟੋਪਿਕ ਦੀ ਤਰਫ ਚੱਲਦੇ ਹਾਂ। ਪੈਗਾਮ ਮੇਰਾ ਇਹ ਸੀਗਾ ਕਿ ਜਿਹੜਾ ਮੇਰਾ ਚੈਨਲ ਆ ਨਾ, ਜਾਂ ਮੇਰੀਆਂ ਵੀਡੀਓਜ਼ ਆ, ਇਹ ਨਾ ਤਾਂ ਪੋਲੀਟੀਕਲ ਆ ਅਤੇ ਨਾ ਦੂਸਰੀਆਂ ਰਿਲੀਜੀਅਸ ਆ। ਕਿਸੇ ਮੇਰੇ ਦੋਸਤ ਨੇ, ਮੇਰੇ ਉਹ ਸਬਸਕ੍ਰਾਈਬਰ ਆ, ਉਹਨਾਂ ਨੇ ਮੈਨੂੰ ਨਾ ਪਬਲਿਕਲੀ ਇੱਕ ਮੈਨੂੰ ਮੈਸੇਜ ਸੈਂਡ ਕੀਤਾ, ਜਿਹੜਾ ਕਿ ਮੈਨੂੰ ਥੋੜ੍ਹਾ ਜਿਹਾ ਫੀਲ ਹੋਇਆ ਕਿ ਇਹ ਮੈਨੂੰ ਤੁਸੀਂ ਈਮੇਲ ਦੇ ਵਿੱਚ ਵੀ ਪੁੱਛ ਸਕਦੇ ਸੀਗੇ ਜਾਂ ਮੈਨੂੰ ਤੁਸੀਂ ਟੈਕਸਟ ਕਰਕੇ ਪੁੱਛਦੇ, ਲੇਕਿਨ ਉਹਨਾਂ ਨੇ ਪਬਲਿਕਲੀ ਪੁੱਛਿਆ। ਇਸ ਕਰਕੇ ਮੈਂ ਤੁਹਾਨੂੰ ਵੀ ਇਹ ਜਵਾਬ ਇਹਦੇ ਉੱਤੇ ਦੇ ਰਿਹਾ ਵੀਡੀਓ ਦੇ ਉੱਤੇ ਕਿ ਇਹ ਜਿਹੜਾ ਨਾ ਇਹਦਾ ਥੀਮ ਨਹੀਂ ਹੈ ਇਸ ਚੈਨਲ ਦਾ ਕਿ ਤੁਸੀਂ ਮੈਨੂੰ ਰਿਲੀਜੀਅਸ ਕੁਐਸਚਨ ਪੁੱਛੋ ਜਾਂ ਪੋਲੀਟੀਕਲ ਕੁਐਸਚਨ ਪੁੱਛੋ, ਇਹਦਾ ਸਟਾਇਲ ਹੀ ਨਹੀਂ ਹੈ, ਹੈ ਨਾ। ਤੁਸੀਂ ਮੈਨੂੰ ਅਗਰ ਇੱਦਾਂ ਦਾ ਕੋਈ ਕੁਐਸਚਨ ਹੈਗਾ, ਤੁਸੀਂ ਮੈਨੂੰ ਈਮੇਲ ਕਰੋ ਜਾਂ ਮੈਨੂੰ ਟੈਕਸਟ ਕਰੋ, ਮੈਂ ਤੁਹਾਨੂੰ ਉਹਦਾ ਰਿਪਲਾਈ ਕਰਾਂਗਾ। ਅਤੇ ਪਲੀਜ਼ ਅੱਗੇ ਤੋਂ ਇੱਕ ਗੁਰੇਜ਼ ਕਰਿਓ, ਇਹ ਚੈਨਲ ਬਿਲਕੁਲ ਇਹ ਰਿਲੀਜੀਅਸ ਜਾਂ ਪੋਲੀਟੀਕਲ ਨਹੀਂ ਆ। ਥੈਂਕ ਯੂ ਸੋ ਵੈਰੀ ਮੱਚ ਜੀ। ਅੱਛਾ ਦੋਸਤੋ, ਅਸੀਂ ਆਪਣੇ ਟੋਪਿਕ ਦੀ ਤਰਫ ਚੱਲਦੇ ਹਾਂ। ਇੱਕ ਛੋਟਾ ਜਿਹਾ ਕੰਟਰੀ ਮੈਂ ਲੈ ਕੇ ਆਇਆ, ਅਤੇ ਵੀਡੀਓ ਨੂੰ ਪੂਰਾ ਦੇਖਿਓ। ਅਗਰ ਵੀਡੀਓ ਪਸੰਦ ਆਵੇ ਪਲੀਜ਼ ਲਾਈਕ, ਸ਼ੇਅਰ ਤਾਂ ਕਮੈਂਟ ਕਰਨਾ, ਤਾਂ ਬੈੱਲ ਆਈਕਨ ਨੂੰ ਪ੍ਰੈਸ ਕਰਨਾ। ਨਵੇਂ ਆਉਣ ਵਾਲੇ ਦੋਸਤਾਂ ਨੂੰ ਵੈਲਕਮ ਜੀ, ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਪਲੀਜ਼, ਐਂਡ ਥੈਂਕ ਯੂ। ਅੱਜ ਅਸੀਂ ਗੱਲ ਕਰਦੇ ਹਾਂ ਜੀ ਨੌਰਥ ਮੈਸੇਡੋਨੀਆ, ਇਹ ਰਿਪਬਲਿਕ ਜਿਹੜਾ ਵਾ ਨੌਰਥ ਮੈਸੇਡੋਨੀਆ, ਜਿਹਦੀ ਜਿਹਦਾ ਕੈਪੀਟਲ ਹੈਗਾ ਵਾ ਸਕੋਪੀਆ, ਬ੍ਰਿਟਿਸ਼ ਨੂੰ ਸਕੋਪੀਆ ਕਹਿੰਦੇ ਆ, ਅਤੇ ਪਾਪੂਲੇਸ਼ਨ ਜਿਹੜੀ ਇਹਦੀ ਹੈਗੀ ਆ 2.1 million, ਤਕਰੀਬਨ 21 ਲੱਖ, ਛੋਟਾ ਜਿਹਾ ਕੰਟਰੀ ਆ। ਅਤੇ ਇੱਥੇ ਜਿਹੜੇ ਆ ਮੈਸੇਡੋਨੀਅਨ ਬੋਲੀ ਜਾਂਦੀ ਆ, ਰਿਲੀਜਨ ਜਿਹੜਾ ਇਹਨਾਂ ਦਾ ਹੈਗਾ ਵਾ, ਮੈਜੋਰਟੀ ਆਫ ਦ ਪੀਪਲ ਦੇ ਆਰ ਆਰਥੋਡੋਕਸ ਕ੍ਰਿਸਚਨ, ਦੈਨ ਯੂ ਕੈਨ, ਤੁਸੀਂ ਬਾਅਦ 'ਚੋਂ ਕਹਿ ਸਕਦੇ ਹੋ ਕਿ ਕੈਥੋਲਿਕ ਆ, ਥੋੜ੍ਹੇ ਜਿਹੇ ਮੁਸਲਿਮ ਵੀ ਆ। ਇਹਨਾਂ ਦੀ ਨੇਬਰਿੰਗ ਕੰਟਰੀ ਦੇ ਵਿੱਚ ਗ੍ਰੀਸ, ਸਰਬੀਆ, ਕਸੋਵੋ, ਤਾਂ ਅਲਬੈਨੀਆ ਵਾ। ਇਹਨਾਂ ਦੀਆਂ ਫੇਮਸ ਪਲੇਸਿਸ ਜਿਹੜੀਆਂ ਦੋ ਮੈਨੂੰ ਬੜੀਆਂ ਪਸੰਦ ਆਈਆਂ, ਇੱਕ ਤਾਂ ਓਲਡ ਬਾਜ਼ਾਰ ਆ, ਓਲਡ ਬਾਜ਼ਾਰ ਤੁਸੀਂ ਸੋਚਦੇ ਹੋ ਤਾਂ ਵਾਕਈ ਨਾਮ ਓਲਡ ਬਾਜ਼ਾਰ ਆ, ਜਦੋਂ ਸੀਗੇ ਨਾ ਆਟਮਨ ਐਮਪਾਇਰ ਸਲਤਨਤ ਉਸਮਾਨੀਆ, ਉਸ ਦੌਰ ਦੇ ਵਿੱਚ ਇਹ ਬਿਲਟ ਹੋਇਆ, ਇਸ ਕਰਕੇ ਇਹਦਾ ਨਾਮ ਓਲਡ ਬਾਜ਼ਾਰ ਆ। ਇੱਕ ਟਰਕੀ ਦੇ ਵਿੱਚ ਵੀ ਆ। ਅੱਛਾ ਦੂਸਰਾ ਇੱਥੇ ਹੈਗਾ ਵਾ ਕਿ ਚਰਚ ਆਫ ਸੇਂਟ ਜੌਨ, ਇਹ ਜਿਹੜਾ ਸੀਗਾ ਇਹ ਆਰਥੋਡੋਕਸ ਹੈਗਾ ਚਰਚ, ਇਹ ਬਹੁਤ ਪੁਰਾਣਾ ਵਾ, ਬਹੁਤ ਖੂਬਸੂਰਤ, ਇਹਨਾਂ ਨੇ ਬੜੀ ਹਿਫਾਜ਼ਤ ਨਾਲ ਰੱਖਿਆ ਵਾ। ਇੱਥੇ ਹੋਰ ਵੀ ਬਹੁਤ ਜ਼ਿਆਦਾ ਪਲੇਸਿਸ ਐਸੀਆਂ ਵਾ ਹਿਸਟੋਰੀਕਲ, ਜਿਹੜੀਆਂ ਇਹਨਾਂ ਨੇ ਬੜੀਆਂ ਉਹਨਾਂ ਦੀ ਲੁੱਕ ਆਫਟਰ ਕਰਦੇ ਆ ਹਾਲੇ ਤੱਕ, ਉਹ ਬਿਲਕੁਲ ਠੀਕ ਆ ਕਿ ਹਜ਼ਰਤ ਮਸੀਹ ਅਲੈਹਿ ਸਲਾਮ ਤੋਂ ਵੀ ਪੁਰਾਣੀਆਂ ਵਾ, 350 ਸਾਲ ਪੁਰਾਣੇ, ਬਿਫੋਰ ਕ੍ਰਾਈਸਟ, ਅਤੇ ਦੇਖਣ ਦੇ ਕਾਬਲ ਆ। ਅਗਰ ਤੁਸੀਂ ਵਿਜ਼ਿਟ ਕਰੋ ਤਾਂ ਪਲੀਜ਼, ਉੱਥੇ ਲੇਕਸ ਹੈਗੀਆਂ ਬੜੀਆਂ ਬੜੀਆਂ ਮਸ਼ਹੂਰ ਲੇਕਸ। ਇੱਕ ਤੁਹਾਨੂੰ ਮੈਂ ਹੋਰ ਦੱਸ ਦਿੰਦਾ ਵਾਂ, ਪਰਸਨੈਲਿਟੀ ਤੁਸੀਂ ਸੁਣੀ ਹੋਣੀ ਆ, ਤੁਸੀਂ ਸ਼ੌਕ ਹੋ ਜਾਓਗੇ, ਇਹ ਅਲੈਗਜ਼ੈਂਡਰ ਦੀ ਗ੍ਰੇਟ, ਬੇਸਿਕਲੀ ਉਹ ਮੈਸੇਡੋਨੀਅਨ ਸੀਗਾ, ਬੋਰਨ ਇੱਥੇ ਹੋਇਆ ਸੀਗਾ, ਮੈਸੇਡੋਨੀਆ, ਪਹਿਲੇ ਮੈਸੇਡੋਨੀਆ, ਇਹ 1991 ਦੇ ਵਿੱਚੋਂ ਯੂਗੋਸਲਾਵੀਆ ਤੋਂ ਇਹ ਅਲੱਗ ਹੋਇਆ, ਅਤੇ ਫਿਰ ਇਹਨੇ ਪਹਿਲਾਂ ਨਾਂ ਦਾ ਮੈਸੇਡੋਨੀਆ ਸੀਗਾ, ਬਾਅਦ ਦੇ ਵਿੱਚੋਂ ਜਿਹੜੇ ਗ੍ਰੀਕ ਸੀਗੇ, ਗ੍ਰੀਸ, ਉਹਨੇ ਥੋੜ੍ਹਾ ਜਿਹਾ ਕੀਤਾ, ਅਤੇ ਫਿਰ ਇਹਨਾਂ ਨੇ ਨਾਮ ਆਪਣਾ ਰੱਖਿਆ ਨੌਰਥ ਮੈਸੇਡੋਨੀਆ। ਅੱਛਾ ਦੋਸਤੋ, ਇੱਕ ਚੀਜ਼ ਮੈਂ ਹੋਰ ਤੁਹਾਨੂੰ, ਇਹ ਤਾਂ ਚਲੋ ਹੋ ਗਿਆ ਵਿਜ਼ਿਟਰ ਵਾਸਤੇ, ਦੂਸਰਾ ਇਹ ਵੈਰੀ ਚੀਪ ਕੰਟਰੀ ਆ,
ਚੀਪ ਮੀਨ ਲਿਵਿੰਗ ਇੱਥੇ ਬੜੀ ਚੀਪ ਹੈਗੀ ਆ। ਤੁਸੀਂ ਅਗਰ ਕੋਈ ਸਟੂਡੈਂਟ MBA ਕਰਨਾ ਚਾਹੁੰਦਾ ਜਾਂ ਕੋਈ ਮਾਸਟਰ ਡਿਗਰੀ ਕਰਨਾ ਚਾਹੁੰਦਾ ਵਾ, ਅਗਰ ਤੁਹਾਨੂੰ ਦਾਖਲਾ ਮਿਲ ਜਾਂਦਾ ਉਹਨਾਂ ਦੀ ਯੂਨੀਵਰਸਿਟੀ ਦੇ ਵਿੱਚ, ਤੁਸੀਂ ਕੋਸ਼ਿਸ਼ ਕਰਿਓ ਕਿ ਇਹਨਾਂ ਦੀ ਜਿਹੜੀ ਯੂਨੀਵਰਸਿਟੀ ਨਾ ਗੌਰਮੈਂਟ ਦੀਆਂ ਯੂਨੀਵਰਸਿਟੀਜ਼ ਉਹਦੇ ਵਿੱਚ ਅਪਲਾਈ ਕਰਿਓ। ਫੀਸਾਂ ਬਹੁਤ ਮਾਕੂਲ ਆ, ਤਕਰੀਬਨ 700 ਯੂਰੋ ਤੋਂ ਲੱਗਦਾ, 1500 ਯੂਰੋ ਤੱਕ ਆ। ਡਿਪੈਂਡ ਕਰਦਾ ਕਿ ਤੁਸੀਂ ਕਿਹੜਾ ਕੋਰਸ ਕਰਨਾ ਚਾਹੁੰਦੇ ਆ। ਜਿਸ ਤਰ੍ਹਾਂ MBA ਦੀ 1200 ਪਰ ਸਮੈਸਟਰ ਆ ਪਰ ਈਅਰ, ਅਤੇ ਵੈਰੀ ਚੀਪ ਆ। ਅੱਛਾ, ਡਿਊਰਿੰਗ ਦਾ ਸਟੱਡੀ ਤੁਹਾਨੂੰ ਫੁੱਲ ਟਾਈਮ ਅਲਾਓ ਆ। ਜੋਬ ਜਿਹੜੀ ਆ ਤੁਸੀਂ ਅਰਾਊਂਡ 1000 ਯੂਰੋ ਕਮਾ ਸਕਦੇ ਆ ਪਰ ਮੰਥ, ਅਤੇ ਤੁਹਾਨੂੰ ਪਰਮਿਟ ਦਿੱਤਾ ਜਾਏਗਾ ਉੱਨੀ ਦੇਰ ਦਾ ਜਿੰਨੀ ਦੇਰ ਦਾ ਤੁਹਾਡੇ ਕੋਲ ਸਟੱਡੀ ਦਾ ਵੀਜ਼ਾ ਵਾ। ਅੱਛਾ, ਉਸ ਤੋਂ ਇਲਾਵਾ ਕਿ ਜਿਹੜੇ ਮੇਰੇ ਦੋਸਤ ਉੱਥੇ ਰੈਜੀਡੈਂਸੀ ਲੈਣਾ ਚਾਹੁੰਦੇ ਆ, ਉੱਥੇ ਸੋਲੀਸੀਟਰ ਆ ਬਹੁਤ ਜ਼ਿਆਦਾ ਸਕੋਪੀਆ ਦੇ ਵਿੱਚ, ਉਹ ਤੁਹਾਡੀ ਮਦਦ ਕਰਦੇ ਆ, ਥੋੜ੍ਹੇ ਜਿਹੇ ਪੈਸੇ ਲੈਂਦੇ ਆ, 400-300, ਤੁਹਾਨੂੰ ਨਾ ਉਹ ਪਰਮਾਨੈਂਟ ਰੈਜੀਡੈਂਸੀ ਦਵਾ ਦਿੰਦੇ ਆ। ਮਤਲਬ ਇਹ ਨਹੀਂ ਮੈਂ ਕਹਿੰਦਾ ਕਿ ਬਹੁਤ ਈਜ਼ੀ ਆ, ਲੇਕਿਨ ਹੋ ਸਕਦਾ ਹੈ ਕੰਮ। ਅੱਛਾ, ਦੂਸਰੇ ਜਿਹੜੇ ਮੇਰੇ ਦੋਸਤ ਅਹਿਬਾਬ ਯੂਰਪ ਦੇ ਵਿੱਚ ਆ, ਉਹਨਾਂ ਦੇ ਕੋਲ ਰੈਜੀਡੈਂਟ ਹੈ ਪਰਮਾਨੈਂਟ ਜਾਂ ਉਹਨਾਂ ਦੇ ਕੋਲ ਪਾਸਪੋਰਟ ਆ, ਉਹ ਆਪਣੇ ਕਿਸੇ ਭਾਈ ਨੂੰ ਜਾਂ ਆਪਣੇ ਅਜ਼ੀਜ਼ ਨੂੰ, ਕੋਸ਼ਿਸ਼ ਵੈਸੇ ਇਹ ਕਿ ਭਰਾ ਨੂੰ ਅਗਰ ਲੈ ਕੇ ਆਓ ਨਾ ਤੁਸੀਂ, ਬਹੁਤ ਈਜ਼ੀ ਆ ਜਾਂਦਾ ਵਾ। ਉੱਥੇ ਕੰਪਨੀ ਖੋਲ੍ਹਣੀ ਪੈਂਦੀ ਆ, ਕੰਪਨੀ ਸਿਰਫ ਉਹ ਬੰਦਾ ਖੋਲ੍ਹ ਸਕਦਾ ਜਿਹਦੇ ਕੋਲ ਪਾਸਪੋਰਟ ਆ ਯੂਰਪ ਦਾ ਜਾਂ ਪਰਮਾਨੈਂਟ ਰੈਜੀਡੈਂਸੀ ਆ, ਉਹ ਈਜ਼ੀਲੀ ਉੱਥੇ ਕੰਪਨੀ ਖੋਲ੍ਹ ਸਕਦਾ ਵਾ, ਕੰਪਨੀ ਦੇ ਬਿਹਾਫ 'ਤੇ ਉਹਨੂੰ ਬੁਲਾ ਸਕਦਾ ਵਾ। ਅੱਛਾ, ਦੂਸਰੀ ਚੀਜ਼ ਇੱਕ ਟਿਪ ਹੈਗੀ ਆ, ਤੁਸੀਂ ਯਾਦ ਰੱਖਿਓ, ਇੱਕ ਨੌਰਥ ਮੈਸੇਡੋਨੀਆ, ਇੱਕ ਕਸੋਵੋ। ਕਸੋਵੋ ਥੋੜ੍ਹਾ ਜਿਹਾ ਨੌਰਥ ਮੈਸੇਡੋਨੀਆ ਨਾਲੋਂ ਹਾਰਡ ਆ ਇਮੀਗ੍ਰੇਸ਼ਨ, ਸਵਾਲ ਬਹੁਤ ਪੁੱਛਦੇ ਆ। ਅਗਰ ਭਾਈ ਹੋਵੇ ਤੁਸੀਂ ਉਹਦੇ ਨਾਲ ਟਰੈਵਲ ਕਰਦੇ ਪਏ ਹੋਵੋ, ਤੁਹਾਡੀ ਕੰਪਨੀ ਆ, ਲੀਗਲ ਡਾਕੂਮੈਂਟੇਸ਼ਨ ਆ, ਤੁਹਾਨੂੰ ਐਂਟਰੀ ਲੱਭ ਜਾਏਗੀ। ਅਦਰਵਾਈਜ਼ ਉਹ ਸਵਾਲ ਬਹੁਤ ਨਾ ਕ੍ਰੋਸ ਕੁਐਸਚਨਿੰਗ, ਜਿਸ ਤਰ੍ਹਾਂ ਆਪਾਂ ਸਾਦੇ ਲਫ਼ਜ਼ਾਂ 'ਚ ਕਹਿੰਦਾ ਉਹ ਕਰਦੇ ਆ, ਪੁੱਛਦੇ ਵੀ ਆ, ਲੇਕਿਨ ਥੋੜ੍ਹਾ ਜਿਹਾ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ, ਜ਼ੁਬਾਨ ਹਾਓ ਨਾ ਹੋਣੀ ਚਾਹੀਦੀ ਆ, ਤੁਹਾਨੂੰ ਐਂਟਰੀ ਲੱਭ ਜਾਂਦੀ ਆ। ਬਹੁਤ ਈਜ਼ੀ ਇਹਦਾ, 3 ਸਾਲ ਤੋਂ ਬਾਅਦ ਤੁਸੀਂ ਪਰਮਾਨੈਂਟ ਰੈਜੀਡੈਂਸੀ ਅਪਲਾਈ ਕਰ ਸਕਦੇ ਹਾਂ। ਇਹਦਾ ਪਾਸਪੋਰਟ ਵੈਰੀ ਸਟਰੋਂਗ ਆ, ਤੁਸੀਂ ਮੋਸਟ ਆਫ ਦਾ ਯੂਰਪ ਜਿਹੜੇ ਹੈਗੇ ਆ ਸ਼ੈਂਗਨ ਕੰਟਰੀਜ਼, ਉਹਨਾਂ ਦੇ ਵਿੱਚ ਇਹਨਾਂ ਦੇ ਪਾਸਪੋਰਟ ਦੀ ਐਂਟਰੀ ਆ, ਅਤੇ ਅਗਰ ਤੁਸੀਂ ਉੱਥੇ ਸ਼ਾਦੀ ਕਰ ਲੈਂਦੇ ਆ, ਤੁਸੀਂ 3 ਸਾਲ ਬਾਅਦ ਐਲੀਜੀਬਲ ਹੋ ਆਪਣੇ ਮੈਸੇਜ ਜਿਹੜੇ ਨੌਰਥ ਮੈਸੇਡੋਨੀਅਨ ਪਾਸਪੋਰਟ ਵਾਸਤੇ। ਅਤੇ ਦੋਸਤੋ, ਮੇਰੀ ਰਿਕੁਐਸਟ ਇਹ ਆ ਕਿ ਤੁਸੀਂ ਜ਼ਰੂਰ ਇਹਨੂੰ ਵਿਜ਼ਿਟ ਕਰੋ ਇੱਕ ਦਫ਼ਾ, ਅਗਰ ਤੁਸੀਂ ਵਿਜ਼ਿਟ ਕਰ ਸਕਦੇ ਆ। ਸਟੱਡੀ ਵਾਸਤੇ ਜਾਣਾ ਵਾ, ਵੈਰੀ ਚੀਪ ਕੰਟਰੀ ਆ, ਲਿਵਿੰਗ ਬਹੁਤ ਚੀਪ ਆ, ਤਕਰੀਬਨ $150 ਦੇ ਵਿੱਚ ਤੁਹਾਨੂੰ ਸਟੂਡੀਓ ਫਲੈਟ ਲੱਭ ਜਾਂਦਾ, ਉੱਥੇ ਲਿਵਿੰਗ ਬਹੁਤ ਚੀਪ ਆ। ਅਤੇ ਉਮੀਦ ਕਰਦਾ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਊਗੀ, ਅਤੇ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ। ਅਗਲੀ ਵੀਡੀਓ ਤੱਕ ਮੈਨੂੰ ਇਜਾਜ਼ਤ ਦਿਓ, ਆਪਣਾ ਖਿਆਲ ਰੱਖਿਓ, ਗੁੱਡ ਲੱਕ।